ਸੰਗਰੂਰ ਪੁਲਿਸ ਨੇ ਅੱਜ ਖਤਰਨਾਕ ਜਸਪ੍ਰੀਤ ਬੱਬੀ ਗੈਂਗਸਟਰ ਨੂੰ ਗ੍ਰਿਫਤਾਰ ਕੀਤਾ ਹੈ। ਸੰਗਰੂਰ ਦੇ ਸ਼ੇਰੋ ਪਿੰਡ ਦੇ ਰਹਿਣ ਵਾਲੇ ਗੈਂਗਸਟਰ ਜਸਪ੍ਰੀਤ ਬੱਬੀ ਦੇ ਉੱਪਰ ਸੰਗਰੂਰ, ਬਠਿੰਡਾ, ਪਟਿਆਲਾ ਵੱਖ-ਵੱਖ ਪੁਲਿਸ ਸਟੇਸ਼ਨਾਂ 'ਤੇ ਜ਼ਬਰਦਸਤੀ ਕਤਲ, ਲੁੱਟ ਅਤੇ ਚੋਰੀ ਦੇ ਵੱਖ-ਵੱਖ 17 ਅਪਰਾਧਿਕ ਮਾਮਲੇ ਦਰਜ ਹਨ। ਸੰਗਰੂਰ ਪੁਲਿਸ ਦੇ SP ਕਰਮਵੀਰ ਸਿੰਘ ਦਾ ਕਹਿਣਾ ਹੈ ਕਿ SSP ਸਵਪਨ ਸ਼ਰਮਾ ਦੀ ਗਾਈਡਲਾਈਨ ਦੇ ਅਨੁਸਾਰ ਸੰਗਰੂਰ ਪੁਲਿਸ ਨੇ ਕੈਟਾਗਰੀ C ਦੇ ਇੱਕ ਗੈਂਗਸਟਰ ਜਸਪ੍ਰੀਤ ਸਿੰਘ ਉਰਫ ਬੱਬੂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਦੇ ਕੋਲੋਂ 4 ਹਥਿਆਰ ਬਰਾਮਦ ਹੋਏ ਹਨ। ਮਾਣਯੋਗ SSP ਸਾਹਿਬ ਸ਼੍ਰੀ ਸਵਪਨ ਸ਼ਰਮਾ, IPS SSP ਸੰਗਰੂਰ ਜੀ ਦੀ ਗਾਈਡਲਾਈਨਸ ਦੇ ਅਨੁਸਾਰ ਜਿਹੜੀ ਸੰਗਰੂਰ ਪੁਲਿਸ ਨੇ CIE ਦੀ ਟੀਮ ਹੈ ਉਹਨਾਂ ਦੇ ਹੱਥ ਇੱਕ ਵੱਡੀ ਸਫਲਤਾ ਲੱਗੀ ਹੈ, ਜਿਸ ਦੇ ਤਹਿਤ ਇੱਕ ਕੈਟਾਗਰੀ C ਦਾ ਜੋ ਸੰਗਰੂਰ ਦਾ ਗੈਂਗਸਟਰ ਸੀਗਾ ਜਸਪ੍ਰੀਤ ਸਿੰਘ ਅਲੀਅਸ ਬੱਬੀ, ਸਨ ਆਫ ਕੇਵਲ ਸਿੰਘ, ਸ਼ੇਰੋ ਪਿੰਡ ਦਾ ਰਹਿਣ ਵਾਲਾ, ਚੀਮੇ ਥਾਣੇ ਦਾ, ਇਹਨੂੰ ਪੁਲਿਸ ਨੇ ਅਰੈਸਟ ਕਰਿਆ ਅਤੇ ਸੁਨਾਮ ਸਿਟੀ ਸੁਨਾਮ ਦੇ ਵਿੱਚ FIR ਨੰਬਰ 189 ਨੰਬਰ FIR ਰਜਿਸਟਰ ਹੋਈ ਹੈ। ਅਤੇ ਇਹਦੇ ਕੋਲੋਂ ਜੋ ਟੋਟਲ 4 ਹਥਿਆਰ ਬਰਾਮਦ ਹੋਏ ਨੇ ਉਹਨਾਂ ਦੇ ਵਿੱਚ ਇੱਕ ਲਾਈਸੈਂਸੀ 32 ਬੋਰ ਰਿਵੋਲਵਰ, ਉਸ ਤੋਂ ਇਲਾਵਾ 315 ਬੋਰ ਦੇ ਜਿਹੜੇ ਹੈਗੇ ਨੇ ਉਹ ਕੱਟੇ, ਦੇਸੀ ਕੱਟੇ ਬਰਾਮਦ ਹੋਏ ਨੇ। ਇਸ ਤੋਂ ਇਲਾਵਾ 10 ਲਾਈਵ ਰਾਊਂਡਸ ਰਿਕਵਰ ਹੋਏ ਨੇ ਇਹਦੇ ਕੋਲੋਂ। ਇੱਕ ਚੋਰੀ ਦੀ ਗੱਡੀ ਜਿਹੜੀ ਵਾਈਟ ਕਲਰ ਦੀ ਵਰਨਾ, ਹੁੰਡਾਏ ਵਰਨਾ, ਉਹ ਵੀ ਇਹਦੇ ਕੋਲੋਂ ਬਰਾਮਦ ਹੋਈ ਹੈ। 6 ਤਰੀਕ ਨੂੰ ਇਹਦੀ ਅਰੈਸਟ ਪਾ ਕੇ ਸੁਨਾਮ ਕੋਲੋਂ ਇਹਦੀ ਅਰੈਸਟ ਪਾ ਕੇ ਪੁਲਿਸ ਨੇ ਇਨਵੈਸਟੀਗੇਸ਼ਨ ਸਟਾਰਟ ਕਰਤੀ ਹੈ। ਪਤਾ ਲੱਗਿਆ ਹੈ ਹੁਣ ਤੱਕ ਵੀ ਇਹ ਆਪਣੇ ਜਿਹੜਾ ਰਾਈਵਲ ਗੈਂਗ ਹੈ ਉਹਦੇ ਨਾਲ ਉਹਨਾਂ ਨੂੰ ਜਾਨੀ ਮਾਲੀ ਨੁਕਸਾਨ ਪਹੁੰਚਾਉਣ ਦੀ ਤਿਆਰੀ ਦੇ ਵਿੱਚ ਸੀਗਾ। ਅਤੇ ਇਸ ਤੋਂ ਇਲਾਵਾ ਇਹਦੀ ਜੋ ਹੈ ਅੱਜ ਪੁਲਿਸ ਰਿਮਾਂਡ ਲਈ ਜਾ ਰਹੀ ਹੈ। ਇਸ ਤੋਂ ਅੱਗੇ ਜੋ ਵੀ ਇਨਵੈਸਟੀਗੇਸ਼ਨ ਦੇ ਵਿੱਚ ਗੱਲਾਂ ਸਾਹਮਣੇ ਆਉਣਗੀਆਂ ਉਹ ਪੁਲਿਸ। ਸਰ, ਕਿੰਨੇ ਕੇਸ ਰਜਿਸਟਰ ਦੀ, ਕਿਸ ਤਰ੍ਹਾਂ ਦੇ ਕੇਸ ਰਜਿਸਟਰ ਦੀ? ਇਹ ਜਿਹੜਾ ਜਸਪ੍ਰੀਤ ਹੈ ਇਹਦੇ ਅਗੇਂਸਟ 302 ਦੇ, 307 ਦੇ, 326 ਦੇ ਹਰਟ ਕੇਸਿਸ, ਐਕਸਟੋਰਸ਼ਨ ਕੇਸਿਸ ਪਹਿਲਾਂ ਰਜਿਸਟਰਡ ਹੈਗੇ ਨੇ। ਟੋਟਲ ਇਹਦੇ ਖਿਲਾਫ਼ 17 ਕੇਸਿਸ ਰਜਿਸਟਰਡ ਨੇ, 16 ਪਹਿਲਾਂ ਸੀਗੇ, ਇੱਕ ਹੁਣ ਜਿਹੜਾ 25 ਆਰਮਸ ਐਕਟ ਦਾ 199 ਨੰਬਰ ਰਜਿਸਟਰ ਹੋਇਆ। ਟੋਟਲ 17 ਕੇਸਿਸ ਰਜਿਸਟਰ। ਪਹਿਲਾਂ PO ਹੈ ਜਾਂ ਜ਼ਮਾਨਤ ਤੇ ਆਇਆ? ਪਹਿਲਾਂ ਇਹ ਬੇਲ ਆਊਟ ਆਇਆ ਹੋਇਆ ਸੀਗਾ, ਉਹ ਬੇਲ ਆਊਟ ਦੇ ਆ ਕੇ ਹੁਣ ਇਹ ਕ੍ਰਾਈਮ ਪਲਾਨ ਕਰਿਆ ਸੀ। ਜੇਲ੍ਹ ਦੇ ਵਿੱਚ ਕਿਹਦੇ ਨਾਲ ਸੰਪਰਕ? ਇਹਦੇ ਬਾਰੇ ਪੁਲਿਸ ਰਿਮਾਂਡ ਲੈ ਕੇ ਅਸੀਂ ਹੋਰ ਇਨਵੈਸਟੀਗੇਸ਼ਨ ਕਰ ਰਹੇ ਹਾਂ। ਇਹ ਇਕੱਲੇ ਹੀ ਸੀ ਜਾਂ ਹੋਰ ਵੀ ਨੇ ਸਰ ਇਹਦੇ ਨਾਲ? ਨਹੀਂ, ਫਿਲਹਾਲ ਇਹ ਫਿਲਹਾਲ ਇਹ ਇਕੱਲੇ ਹੀ ਹੈ, ਅਤੇ ਜੇ ਹੋਰ ਬੰਦੇ ਵੀ ਆ ਰਹੇ ਨੇ ਤਾਂ ਉਹ ਫਰਦਰ ਇਨਵੈਸਟੀਗੇਸ਼ਨ ਦੇ ਵਿੱਚ ਰਿਵੀਲ ਕਰ ਰਹੇ ਹਾਂ। ਕਹਿ ਰਹੇ 17 ਕੇਸ ਨੇ, ਹੁਣ ਕਿੰਨੇ ਕੇਸਾਂ ਦੇ ਵਿੱਚ ਐਕਸ਼ਨ ਜਿਹੜਾ ਪੈ ਚੁੱਕੀ ਇਹਦੀ? 17 ਇਹ 17 ਕੇਸਿਸ ਦੇ ਵਿੱਚ ਸਿਰਫ ਇੱਕ ਜਿਹੜਾ 17ਵਾਂ ਕੇਸ ਹੈ ਉਹਦੇ ਵਿੱਚ ਅਰੈਸਟ ਕੱਲ੍ਹ ਪਈ ਹੈ, ਬਾਕੀ ਸਾਰੇ ਕੇਸਿਸ ਦੇ ਵਿੱਚ ਇਹ ਪਹਿਲਾਂ ਫੜਿਆ ਜਾ ਚੁੱਕਿਆ ਸੀ। ਸਰ, ਉਹਨਾਂ ਬਰੀ ਹੋ ਚੁੱਕੇ ਆ, ਮਤਲਬ ਕਿ ਜਾਂ ਉਹ? ਨਹੀਂ, ਬਰੀ ਨਹੀਂ ਹੋਇਆ ਉਹ ਕੇਸਿਸ, ਉਹਨਾਂ ਦੇ ਵਿੱਚੋਂ 8-9 ਕੇਸਿਸ ਚੱਲ ਵੀ ਰਹੇ ਨੇ, ਅਤੇ ਐਗਜੈਕਟ ਜਿਹੜਾ ਨੰਬਰ ਹੈਗਾ ਉਹ ਪ੍ਰੈਸ ਨੋਟ ਦੇ ਵਿੱਚ ਮੈਂਸ਼ਨ ਕਰ। ਸਰ, ਜਿਹੜੇ 10 ਰੁਪਏ ਜਿਹਦੇ ਨੂੰ ਵਾਰਦਾਤ ਕਰਨੀ ਸੀ, ਉਹਦੇ ਨੇ ਕੀ ਰੰਜਿਸ਼ ਕੀ ਹੈ ਇਹਨਾਂ ਦੀ? ਕੋਈ ਗੈਂਗ ਵਾਰ ਕੀ ਖਾਨ ਗਰੁੱਪ ਨੂੰ, ਖਾਨ ਗਰੁੱਪ ਨੂੰ ਬਿਲੋਂਗ ਕਰਦਾ, ਉਹ ਜਿਹੜਾ ਦੂਸਰੇ ਪਾਸੇ ਉਹ ਫਤਿਹ ਨਾਗਰੀ ਜਿਹੜਾ ਉਹ ਨਾਗਰੀ ਪਿੰਡ ਦਾ ਰਹਿਣ ਵਾਲਾ ਹੈ, ਉਹਨਾਂ ਦੇ ਨਾਲ ਇਹਨਾਂ ਦੀ ਗੈਂਗ ਵਾਰ ਚੱਲ ਰਹੀ ਹੈ ਰਾਈਵਲਰੀ ਸੀ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਆਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ, ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। ਯੂਟਿਊਬ ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਆਫੀਸ਼ੀਅਲ ਯੂਟਿਊਬ ਚੈਨਲ ਅਜੀਤ ਵੈਬ TV। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ, ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਆਫੀਸ਼ੀਅਲ ਚੈਨਲ ਡੇਲੀ ਅਜੀਤ। ਇੰਨਾ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ TV ਦੇ ਉੱਤੇ ਵੀ ਵੇਖ ਸਕਦੇ ਹੋ, ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ-ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।